ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਦੇ ਨਾਲ ਇਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸਰਦਾਰ ਜਸਵੰਤ ਸਿੰਘ ਪੜੈਣ, ਸਰਦਾਰ ਸਰਬੰਸ ਸਿੰਘ ਮਾਣਕੀ, ਇਸ ਵਕਤ ਜਿਹੜੀ ਅਸੀਂ ਖਾਲਸਾ ਜੀ ਤੁਹਾਡੇ ਨਾਲ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਬੈਠਿਆਂ ਨਾਲ ਗੱਲ ਸਾਂਝੀ ਕਰਨ ਲੱਗੇ ਹਾਂ, ਉਹ ਇਹ ਆ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਹਾਊਸ ਬੁਲਾਇਆ ਗਿਆ, ਪਰ ਉਸ ਜਨਰਲ ਹਾਊਸ ਦੇ ਵਿੱਚ ਅਸੀਂ ਜਿੰਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਪੰਥਕ ਹਿੱਤਾਂ ਦੀ ਜ਼ੋਰ ਸ਼ੋਰ ਨਾਲ ਗੱਲ ਕਰਨ ਵਾਲੇ ਹਾਂ, ਚਾਹੇ ਹਰਿਆਣੇ ਤੱਕ ਬੈਠੇ ਹਾਂ, ਸਾਰਿਆਂ ਨੇ ਇਹ ਫੈਸਲਾ ਕੀਤਾ ਕਿ ਅਸੀਂ ਇਸ ਮੀਟਿੰਗ, ਇਸ ਅਜਲਾਸ ਦੇ ਵਿੱਚ ਸ਼ਾਮਿਲ ਨਹੀਂ ਹੋਵਾਂਗੇ। ਉਹਦਾ ਇੱਕੋ ਕਾਰਨ ਹੈ ਕਿ ਅੱਜ ਦਾ ਜਿਹੜਾ ਇਸ ਮੀਟਿੰਗ ਦਾ ਏਜੰਡਾ ਹੈ, ਇਹ ਇੱਕ ਸਿਆਸੀ ਏਜੰਡਾ, ਸਿਆਸੀ ਤੌਰ 'ਤੇ ਫੇਲ ਹੋ ਚੁੱਕੇ ਵਿਅਕਤੀ ਨੂੰ ਉਭਾਰਨ ਦਾ ਏਜੰਡਾ ਹੈ ਜਾਂ ਇੱਕ ਦਲ ਨੂੰ ਉਭਾਰਨ ਦਾ ਏਜੰਡਾ। ਕਿਉਂਕਿ ਜੇ ਇਹ ਸ਼੍ਰੋਮਣੀ ਕਮੇਟੀ ਦਾ ਏਜੰਡਾ ਹੁੰਦਾ ਤਾਂ ਇਹ ਉੱਥੇ ਵਿਚਾਰਿਆ ਜਾਣਾ ਚਾਹੀਦਾ ਸੀ, ਕਿਉਂਕਿ ਪਿਛਲੇ ਦਿਨੀ ਅਸੀਂ ਦੇਖਿਆ ਕਿ ਗੁਰਦੁਆਰਾ ਆਲਮਗੀਰ ਸਾਹਿਬ ਮੰਜੀ ਸਾਹਿਬ, ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਬੁਲਾ ਕੇ ਇੱਕ ਜਿਹੜਾ ਤੋਤਾ ਪਾਠ ਹੈ ਉਹ ਪੜ੍ਹਾ ਦਿੱਤਾ ਗਿਆ ਕਿ ਅੱਜ ਤੁਸੀਂ ਉੱਥੇ ਕੀ ਮਤਾ ਪਾਸ ਕਰਨਾ, ਕੀ ਸੁਨੇਹਾ ਦੇਣਾ, ਕੀ ਕਹਿਣਾ। ਔਰ ਦੂਸਰੇ ਪਾਸੇ ਜਿਸ ਤਰ੍ਹਾਂ ਦੀਆਂ ਖਬਰਾਂ ਸੁਣ ਰਹੇ ਹਾਂ ਕਿ ਉੱਧਰ ਚੰਡੀਗੜ੍ਹ ਦੇ ਵਿੱਚ ਜਿਹੜਾ ਸਿਆਸੀ ਪਾਰਟੀ ਦੇ ਆਗੂ ਜਿਹੜੇ ਉਹ ਇਕੱਠੇ ਹੋ ਰਹੇ ਨੇ, ਤੋ ਇਸ ਲਈ ਕਿਉਂਕਿ ਜਦੋਂ ਗੱਲ ਗੁਰਮਤ ਦੀ ਜਾਂ ਧਰਮ ਦੀ ਗੱਲ ਕਰਨੀ ਹੋਵੇ ਔਰ ਫਿਰ ਉਹਦੇ ਵਿੱਚ ਜੇ ਇਹੋ ਜਿਹੇ ਸਿਆਸੀ ਏਜੰਡੇ ਜਿਹੜੇ ਲਾਗੂ ਹੋਣਗੇ ਤਾਂ ਅਸੀਂ ਇਹੀ ਬਿਹਤਰ ਸਮਝਿਆ ਕਿਉਂਕਿ ਅਸੀਂ ਕਿਸੇ ਸਿਆਸੀ ਪਾਰਟੀ ਦੇ ਏਜੰਡੇ ਦੇ ਵਿੱਚ ਸ਼ਾਮਿਲ ਨਹੀਂ ਹੋਣਾ। ਅਤੇ ਦੂਸਰਾ ਦੇਖੋ, ਹਰਿਆਣਾ ਕਮੇਟੀ ਜਿਹੜੀ ਵੱਖ ਹੋਈ ਹੈ ਉਹ ਕੋਈ ਅੱਜ ਕੱਲ੍ਹ ਦੀ ਡਿਮਾਂਡ ਨਹੀਂ ਸੀ, ਤਕਰੀਬਨ 2000 ਸਾਲ ਤੋਂ ਇਹ ਗੱਲ ਉੱਠਦੀ ਆ, 22 ਸਾਲ ਹੋ ਗਏ। ਇਹ ਠੀਕ ਹੈ ਕਿ ਦਾਇਰਾ ਚਾਹੇ ਵਿਅਕਤੀ ਦਾ ਘਟੇ ਚਾਹੇ ਸੰਸਥਾ ਦਾ ਘਟੇ, ਉਹਦੇ ਵਿੱਚ ਕਮਜ਼ੋਰੀ ਆਉਂਦੀ ਆ, ਸ਼੍ਰੋਮਣੀ ਕਮੇਟੀ ਦਾ ਦਾਇਰਾ ਘਟਿਆ, ਸਾਨੂੰ ਇਸ ਗੱਲ ਦਾ ਬਤੌਰ ਮੈਂਬਰ ਦੁੱਖ ਵੀ ਆ, ਪਰ ਇਹਦੇ ਕੁਛ ਕਾਰਨ ਵੀ ਹੋਣਗੇ, ਇਹਦੇ ਕੁਛ ਜ਼ਿੰਮੇਵਾਰੀ ਵੀ ਤੈਅ ਹੋਊਗੀ। ਅੱਜ ਲੋੜ ਵਿਚਾਰਨ ਦੀ ਹੈ ਕਿ ਇਹਦਾ ਜ਼ਿੰਮੇਵਾਰ ਕੌਣ ਆ, ਇਹ ਹਰਿਆਣੇ ਦੇ ਸਿੱਖਾਂ ਦੇ ਵਿੱਚ ਜੇ ਇਹ ਬੇਚੈਨੀ ਪਾਏਗੀ ਉਹਦੇ ਕੀ ਕਾਰਨ ਰਹੇ, ਜਦੋਂ ਤੁਸੀਂ ਉੱਥੇ ਕੋਈ ਧਾਰਮਿਕ ਲੀਡਰ ਨਹੀਂ ਪੈਦਾ ਹੋਣ ਦਿੱਤਾ, ਜਦੋਂ ਤੁਸੀਂ ਉੱਥੇ ਕੋਈ ਸਿਆਸੀ ਲੀਡਰ ਨਹੀਂ ਪੈਦਾ ਹੋਣ ਦਿੱਤਾ, ਸਿਰਫ ਆਪਣੀ ਇੱਕ ਚੁਟਾਲਾ ਪਰਿਵਾਰ ਦੇ ਨਾਲ ਜਿਹੜੀ ਆ ਯਾਰੀ ਨੂੰ ਪਗਾਉਣ ਵਾਸਤੇ ਉੱਥੇ ਸਿੱਖਾਂ ਦਾ ਜਿਹੜਾ ਮੁੱਲ ਜਿਹੜਾ ਅਕਾਲੀ ਦਲ ਇੱਥੋਂ ਵੰਡ ਜਿਹੜਾ ਵੱਟਦਾ ਰਿਹਾ, ਅਤੇ ਉਹਦਾ ਆਹ ਨਤੀਜਾ ਜਿਹੜਾ ਅਸੀਂ ਦੇਖ ਰਹੇ ਹਾਂ, ਅਤੇ ਉਹ ਸਿੱਖਾਂ ਦੇ ਵਿੱਚ ਇੱਕ ਬੇਚੈਨੀ ਪਾਏਗੀ ਅਤੇ ਉਹਨਾਂ ਦੀ ਇਹ ਡਿਮਾਂਡ ਉੱਠੀ। ਉਸ ਤੋਂ ਵੀ ਜੇ ਅਸੀਂ ਅੱਗੇ ਜਾਈਏ ਤਾਂ ਜਿਸ ਤਰ੍ਹਾਂ ਅੱਜ ਜਨਰਲ ਹਾਊਸ ਹੋ ਰਿਹਾ, ਸਾਡਾ ਇਹ ਪੁੱਛਣਾ ਸ਼੍ਰੋਮਣੀ ਕਮੇਟੀ ਨੂੰ, ਜਿੰਨੇ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪਹਿਲਾਂ ਰਹਿ ਚੁੱਕੇ ਨੇ, ਜਿੰਨਾ ਵੀ ਪ੍ਰਬੰਧ ਰਹਿ ਚੁੱਕਿਆ, ਇੰਨੇ ਸਾਲਾਂ ਦੇ ਵਿੱਚ ਤੁਸੀਂ ਹਰਿਆਣੇ ਦੇ ਸਿੱਖਾਂ ਨੂੰ ਬੁਲਾ ਕੇ ਇੱਥੇ ਜਨਰਲ ਅਜਲਾਸ ਕਿਉਂ ਨਹੀਂ ਕੀਤਾ, ਉਹਨਾਂ ਦੀਆਂ ਮੁਸ਼ਕਲਾਂ ਕਿਉਂ ਨਹੀਂ ਪੁੱਛੀਆਂ ਕਿ ਤੁਹਾਡੀ ਮੁਸ਼ਕਲ ਕੀ ਆ, ਉਹਨਾਂ ਨੂੰ ਕਿਉਂ ਨਹੀਂ ਦੱਸਿਆ ਕਿ ਸਾਡੇ ਜੇ ਇਹ ਕਮੇਟੀ ਬਣਦੀ ਆ ਇਹ ਨੁਕਸਾਨ ਆ। ਸੋ ਇਸ ਲਈ ਨਾ ਪੈਰਵਾਈ ਜਦੋਂ ਕੋਰਟ ਕੇਸ ਸੀ ਉਦੋਂ ਹੋਈ, ਅਤੇ ਹੁਣ ਦੇਖੋ ਕਿੱਡੀ ਹਾਸੋਹੀਣੀ ਗੱਲ ਆ, ਅਤੇ ਇਹ ਕਿਹਾ ਜਾ ਰਿਹਾ ਜੀ ਕਿ ਅਸੀਂ ਸ਼੍ਰੋਮਣੀ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਉਹਨੂੰ ਮੰਨਦੇ ਨਹੀਂ, ਪਰ ਦੂਜੇ ਪਾਸੇ ਅਸੀਂ ਸੁਪਰੀਮ ਕੋਰਟ ਦੇ ਵਿੱਚ ਹੀ ਜਿਹੜੀ ਆ ਪਟੀਸ਼ਨ ਜਿਹੜੀ ਆ ਉਹ ਦਾਖਲ ਕਰਨੀ ਹੈ। ਸੋ ਇਸ ਕਰਕੇ ਕੋਈ ਏਜੰਡਾ ਜਿਹੜਾ ਉਹ ਸਿੱਧਾ ਨਾ ਹੋਣ ਕਰਕੇ ਔਰ ਇਹਦੇ ਵਿੱਚ ਜਿਹੜਾ ਸਿਆਸੀ ਬੂ ਜਿਹੜੀ ਆ ਉਹ ਆ ਰਹੀ ਹੈ, ਤੋ ਅਸੀਂ ਸਾਰਿਆਂ ਨੇ ਇਹ ਇੱਕਮੱਤ ਹੋ ਕੇ ਫੈਸਲਾ ਕੀਤਾ ਕਿ ਇਹਦੇ ਵਿੱਚ ਅਸੀਂ ਜਿਹੜਾ ਸ਼ਾਮਿਲ ਜਿਹੜਾ ਨਹੀਂ ਹੋਣਗੇ। ਸੋ ਸਰਦਾਰ ਜਸਵੰਤ ਸਿੰਘ ਜੀ ਵੀ ਕੁਛ ਜਿਹੜੀ ਆ ਵਿਚਾਰ ਤੁਹਾਡੇ ਨਾਲ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਾ ਤੁਹਾਨੂੰ ਦੱਸ ਹੀ ਦਿੱਤਾ ਰੰਧਾਵਾ ਸਾਹਿਬ ਨੇ। ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦਾ, ਜਦੋਂ ਪਿਛਲੇ ਦਿਨ ਅਜਲਾਸ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਬੰਧ 'ਚ, ਅਸੀਂ ਹਾਊਸ ਦੇ ਵਿੱਚ ਇਹ ਗੱਲ ਕਹੀ ਸੀ, ਜਿਹੜੇ ਪੰਥਕ ਇਸ਼ੂ ਆ ਜਿਨ੍ਹਾਂ 'ਚੋਂ ਰਾਜਨੀਤੀ ਦੀ ਬਦਬੋ ਨਾ ਆਵੇ, ਵੀ ਤੁਸੀਂ ਇੱਕ ਵਿਅਕਤੀ ਨੂੰ ਹੱਲਾਸ਼ੇਰੀ ਦੇਣ ਦੇ ਲਈ ਜਾਂ ਸਥਾਪਿਤ ਕਰਨ ਦੇ ਲਈ ਕੋਈ ਲੜਾਈ ਲੜਦੇ ਹਾਂ, ਜੇ ਇਹ ਨਾ ਹੋਊਗਾ ਤਾਂ ਅਸੀਂ ਤੁਹਾਡੇ ਨਾਲ ਹਾਂ, ਜਿੰਨੀ ਕੁ ਬਣਦੀ ਜ਼ਿੰਮੇਵਾਰੀ ਸੀ ਅਸੀਂ ਨਿਭਾਵਾਂਗੇ ਨਿਭਾਉਣ ਦੀ ਕੋਸ਼ਿਸ਼। ਜਿੱਥੇ ਤੱਕ SGPC ਟੁੱਟਣ ਦਾ ਸਵਾਲ ਆ, ਅਸੀਂ ਜਿਹੜੇ ਅਸੀਂ ਸਿਧਾਂਤਕ ਤੌਰ 'ਤੇ ਵਿਰੋਧੀ ਧਿਰ ਆ ਜਿੰਨੇ ਮੈਂਬਰ ਆ 25-28, ਅਸੀਂ ਉਹਨਾਂ ਦੀ ਤਰਫੋਂ ਇਹ ਗੱਲ ਬਿਲਕੁਲ ਸਪੱਸ਼ਟ, ਅਸੀਂ SGPC ਦੇ ਹੱਕ 'ਚ ਆ, ਅਸੀਂ ਨਹੀਂ ਕਹਿੰਦੇ ਟੁੱਟਣੀ ਚਾਹੀਦੀ ਹੈ ਜਾਂ ਟੁੱਟਣੀ ਕਿਉਂ ਟੁੱਟੀ। ਪਰ ਗੱਲ ਇਹ ਆ, ਇੰਨੇ ਵੱਡੇ ਵਕਫੇ ਦੇ ਦੌਰਾਨ ਜਿਹੜਾ ਰਾਜ ਪ੍ਰਬੰਧ ਸੇਵਾ ਸੰਭਾਲ ਦਾ ਹਰਿਆਣੇ ਦੇ ਸਿੱਖਾਂ ਨੇ ਲਿਆ, ਅਸੀਂ ਉਹਨਾਂ ਦੀ ਭਾਵਨਾਵਾਂ ਦੀ ਕਦਰ ਨਹੀਂ ਕੀਤੀ। ਜਿਹੜੀ ਪਾਰਟੀ ਨੂੰ ਦੇ ਇੱਕ ਵਿਅਕਤੀ ਨੂੰ ਅੱਜ ਦਾ ਹਾਊਸ ਸਥਾਪਿਤ ਕਰਨਾ ਚਾਹੁੰਦਾ ਰਾਜਨੀਤਿਕ ਤੌਰ 'ਤੇ, ਉਹਨਾਂ ਨੇ 15 ਮੈਂਬਰ ਕੋਪਟ ਹੁੰਦੇ ਆ ਹਰ ਵਾਰ ਚੋਣ 'ਚ,
हरियाणे के सिखा का या दूजे देश के वसदे सिखा का किन्ना ख्याल किया सिर्फ राजनीतिक आधार करके जोड़े कॉपट करने वो भी बंदे वह आपके निजी बंदे हो सकता परिवार के नेड़े हो हर ट्रस्टा के नामजदगियां दिखाई सधारण सिखा की बात नहीं पूछी भी साल के वकबे के उतों के सिखा ने अपने आप को विगानगी का एहसास कर लिया जो होना नहीं सी चाहिए कौम के हित नहीं एस जी पी सी के हित नहीं पर जिम्मेवार कौन साडा कहण का मकसद सानू ये पछतावा दुख है पर जे ते राजनीति हो रही है सानू होर बुरे रस्ते धक्या जा रहा अज आ जिहड़ा अकाली दल का नहीं मैं कहूँगा जिहड़ा एक थोड़े लोगों का प्रधान है सुखबीर बादल वह कहता मैं सुप्रीम कोर्ट के फैसले नहीं मानता ठीक है तेरी निजी गल है पर तुसी पटीशन सुप्रीम कोर्ट आप गए जे तुसी सुप्रीम कोर्ट के फैसले नूं मनना नहीं सी क्यों गए ऑल इंडिया एक्ट आनंदपुर साहब मते की एक बद सी किने किस परिवार ने तारोफीड किया तुसी आपदे सियासी हितां नूं मूहरे रखिया अज तुहाडे हित कुछ होर आ अज भाजपा कांग्रेस आम आदमी पार्टी ये विरोधी पार्टियां जिहड़ियां ये कहिंदे बहुत श्रोमणी कमेटी नूं तोड़ना चाहुंदा हो सकदा इन्हां दी गल सच होवे पर असी आपदी जिम्मेवारी किन्नी कि निभाई असी उन्हां नूं कुलावे च ही नहीं लिया जिहड़ा तुहाडे राजनीतिक विरोध करदा चाहे सिधांतक सिख आ किसी नूं तुसी पंथ दा गद्दार किसी नूं कांग्रेस की वी टीम तो जदों की थोड़ी यारी टुटी है बीजेपी ना हुण बीजेपी की वी टीम तो आम आदमी पार्टी ता तुसी कहने ही कहना क्योंकि पंजाब च उन्हां दी सत्ता इसलिए ये गल कहने असी पंथ किशुआं ते नाल आ पर असी राजनीतिक लाहा नहीं लैण देना असी पापां दे भागी नहीं बनना इन्हां दे नाल ते सारी संगत नूं असी आपदा पक्ष रखना बड़ा जरूरी सी क्योंकि देशां विदेशां चों साडे विरोधी धिर दे अंतरंग कमेटी मैंबर गुरप्रीत सिंह जी रंधावा वा विदेशों च जिहड़ियां वसदियां सिख संगत उन्हां दियां सुझाव आउंदे आ उन्हां दे टैलीफोन आउंदे आ उन्हां दे मद्देनज़र फैसले लिए जाते हैं पंथ प्रस्ती दे विच इसलिए ये असी संगतां दे सामने आपदे विचार पेश करने सी कह सकते निरस दे जिहड़ा अज दा ये एकत्रता इलाज दो घंटिया रिजल्ट सुखबीर सिंह बादल नूं जिहड़ी लीह तो लथिया होया उहनूं लीह ते करन दा इक उपराला सारे हाउस का वाहिगुरू जी का खालसा वाहिगुरू जी की फतेह।